गुड मॉर्निंग। किवें हो सारे? 5:30 का टाइम, आपां चले आ जिम। अर्ली मॉर्निंग उठना तो बहुत औखा आ, बट आपां उठ गए। थोड़ी जी एनर्जी ली प्री वर्कआउट। कार्डियो उस तो बाद असी जावांगे घर, खावांगे अपनी, खावा पीवांगे अपनी डाइट। तो अज्ज दे लई इन्ना ही,
ਮੇਰੇ ਹਿਸਾਬ ਨਾਲ ਤਾਂ ਸਾਰਿਆਂ ਨੂੰ ਉੱਠਣਾ ਚਾਹੀਦਾ ਆ, ਕਿਉਂਕਿ ਵਰਕਆਊਟ ਇੱਕ ਇਹੋ ਜਿਹੀ ਚੀਜ਼ ਆ ਜਿਹਦਾ ਕਰਕੇ ਆਪਣੀ ਇੱਕ ਤਾਂ ਏਜ਼ ਵਾ, ਲਾਈਕ ਉਮਰ ਲੰਮੀ ਹੁੰਦੀ ਆ, ਠੀਕ ਹੈ, ਅਤੇ ਸੈਕਿੰਡਲੀ ਆਪਾਂ ਇੰਨੇ ਕੁ ਐਕਟਿਵ ਰਹਿੰਦੇ ਹਾਂ ਕਿ ਆਪਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਵੀ ਚੀਜ਼ ਦੀ, ਭਾਵੇਂ ਜਿੰਨੀ ਮਰਜ਼ੀ ਏਜ਼ ਹੋਵੇ। ਚੰਡੀਗੜ੍ਹ ਰੋਡ। ਚਲੋ ਠੀਕ ਹੈ ਮਿੱਤਰੋ, ਟੇਕ ਕੇਅਰ, ਮਿਲਦੇ ਹਾਂ ਨੈਕਸਟ ਵਲੌਗ 'ਚ ਵਿਦ ਨੈਕਸਟ ਐਕਸਰਸਾਈਜ਼। ਓਕੇ ਜੀ ਮਿੱਤਰੋ, ਉਸਤਾਦ ਜੀ ਆਏ ਨਹੀਂ, ਆਏ ਨਹੀਂ ਅੱਜ ਉਸਤਾਦ ਜੀ। ਚਲੋ ਕੋਈ ਗੱਲ ਨਹੀਂ, ਅਸੀਂ ਹੁਣ ਚੱਲੇ ਹਾਂ। ਹਰ ਇੱਕ ਐਕਸਰਸਾਈਜ਼ ਦੇ 3 ਸੈੱਟ, 12 ਰੈਪੀਟੀਸ਼ਨਸ, ਅਤੇ 45 ਮਿੰਟ 'ਚ ਸਾਡੀ ਐਕਸਰਸਾਈਜ਼ ਡਨ। ਅਤੇ ਓਕੇ, ਟੇਕ ਕੇਅਰ।